ਕੋਈ ਵੀ ਲੜਾਈ ਹੁੰਦੀ ਆ ਜਾਂ ਆ ਪੋਲਿਟਿਕਸ ਜਾਂ ਕੁਝ ਵੀ ਪੋਲਿਟਿਸ਼ੀਅਨਸ ਟਰਾਈ ਕਰਦੇ ਆ ਨੈਰੇਟਿਵ ਸੈੱਟ ਕਰਨ ਦੀ ਆ ਸੋਸ਼ਲ ਮੀਡੀਆ ਤੇ ਬਹੁਤ ਕੁਝ ਫੇਕ ਚੱਲਦਾ ਵਾ ਔਰ ਇੰਨਾ ਫੇਕ ਚੱਲਦਾ ਕਿ ਲੋਕ ਸੱਚ ਨੂੰ ਵੀ ਸੱਚ ਤੇ ਵੀ ਵਿਸ਼ਵਾਸ ਕਰਨਾ ਭੁੱਲ ਜਾਂਦੇ ਆ ਮੈਂ ਆਪਣੇ ਵੱਲੋਂ ਟਰਾਈ ਕਰ ਰਿਹਾ ਕਿ ਜੇ ਮੇਰੇ ਤੱਕ ਕੋਈ ਇਨਫੋਰਮੇਸ਼ਨ ਆਉਂਦੀ ਮੈਂ ਉਹਨੂੰ ਕਰਾਸ ਚੈੱਕ ਕਰਾਂ ਪਰ ਇਹ ਨਾ ਹੋਵੇ ਕਿ ਅਸੀਂ ਕਰਾਸ ਚੈੱਕ ਕਰਦੇ ਕਰਦੇ ਕੁਝ ਸੱਚ ਨੂੰ ਦਬਾ ਬੈਠੀਏ ਸੋ ਇੱਕ ਐਸੀ ਇਨਫੋਰਮੇਸ਼ਨ ਤੁਹਾਡਾ ਸ਼ੇਅਰ ਕਰਨ ਲੱਗਾ ਕਾਰਕੀਵ ਤੋਂ ਜਿਹੜੀ ਮੈਂ ਫੀਲ ਕਰਦਾ ਕਿ ਭਾਵੇਂ ਫੇਕ ਆ ਰੀਅਲ ਆ ਡਸ ਨਾਟ ਮੈਟਰ ਪਰ ਜੇ ਬੱਚੇ ਸਾਨੂੰ ਕਹਿ ਰਹੇ ਆ ਇਹ ਗੱਲ ਤੇ ਸਾਨੂੰ ਉਹ ਸੁਣਨੀ ਚਾਹੀਦੀ ਆ ਔਰ ਉਸ ਚੀਜ਼ ਤੇ ਉੱਤੇ ਕੰਮ ਕਰਨਾ ਚਾਹੀਦਾ ਇੰਡੀਅਨ ਜਿਹੜੇ ਹੈਗੀ ਐਂਬੈਸੀ ਉਹ ਮੈਸੇਜ ਦੇ ਰਿਆ ਬੱਚਿਆਂ ਨੂੰ ਕਿ ਤੁਸੀਂ ਕਾਰਕੀਵ ਤੋਂ ਨਿਕਲ ਜਾਓ ਕਾਰਕੀਵ ਦੇ ਵਿੱਚ ਬੱਚਿਆਂ ਨੂੰ ਟ੍ਰੇਨ ਦੇ ਉੱਤੇ ਨਹੀਂ ਚੜਿਆ ਚੜਨ ਦਿੱਤਾ ਜਾ ਰਿਹਾ ਜੋ ਪਤਾ ਲੱਗਾ ਕਿ 400 ਤੋਂ ਵੱਧ ਬੱਚਾ ਯੂਕਰੇਨ ਦੇ ਕਾਰਕੀਵ ਦੇ ਟ੍ਰੇਨ ਸਟੇਸ਼ਨ ਦੇ ਉੱਤੇ ਸਟਕਿਆ ਉਹਨਾਂ ਨੂੰ ਟ੍ਰੇਨ ਦੇ ਉੱਤੇ ਨਹੀਂ ਚੜੇ ਜਾਣ ਦਿੱਤਾ ਜਾ ਰਿਹਾ ਜੇ ਉਹ ਵੀਡੀਓ ਬਣਾਉਂਦੇ ਉਹਨਾਂ ਦੇ ਫੋਨ ਖੋਹੀ ਜਾਂਦੇ ਆ ਉਹਨਾਂ ਨੂੰ ਕੁੱਟਿਆ ਜਾਂਦਾ ਸੋ ਨਾਜ਼ੁਕ ਹਾਲਤ ਆ ਔਰ ਮੈਂ ਰਿਕੁਐਸਟ ਕਰਨਾ ਚਾਹੁੰਦਾ ਜਿਹੜੇ ਸਰਕਾਰਾਂ ਨੇ ਭਾਵੇਂ ਪੰਜਾਬ ਦੀ ਸਰਕਾਰ ਆ ਇੰਡੀਆ ਦੀ ਸਰਕਾਰ ਆ ਭਾਵੇਂ ਯੂਨਾਈਟਿਡ ਨੇਸ਼ਨ ਜਿਹੜਾ ਵੀ ਕੋਈ ਈਯੂ ਆ ਸਾਰਿਆਂ ਨੂੰ ਇਹ ਚੀਜ਼ਾਂ ਨੋਟਿਸ ਲੈਣਾ ਚਾਹੀਦਾ ਕਿ ਇਹ ਰੇਸਿਜ਼ਮ ਜੇ ਹੋਉਂਦਿਆ ਉਹ ਗਲਤ ਆ ਮੈਂ ਸਾਰਿਆਂ ਨੂੰ ਇੱਕੋ ਸਾਨੂੰ ਸਾਰਿਆਂ ਜਾਨਾ ਪਿਆਰੀਆਂ ਬਟ ਜੇ ਇੰਡੀਅਨ ਇੰਡੀਅਨ ਦੀ ਗੱਲ ਕਰ ਲੈ ਅਟਲੀਸਟ ਅਫਰੀਕਨ ਅਫਰੀਕਨ ਦੀ ਕਰ ਲੈ ਕੋਈ ਅਮਰੀਕਨ ਅਮਰੀਕਨ ਦੀ ਕਰ ਲੈ ਕੈਨੇਡੀਅਨ ਕੈਨੇਡੀਅਨ ਦੀ ਕਰ ਲੈ ਕੋਈ ਵੀ ਕਿਸੇ ਦੀ ਕੋਈ ਫੜ ਲੈ ਕੀ ਯਾਰ ਮੈਂ ਇਹਨਾਂ ਦੀ ਤੇ ਗੱਲ ਚੁੱਕਾ ਉਹ ਬਹੁਤ ਜ਼ਰੂਰੀ ਹੈ ਇਸ ਟਾਈਮ ਤੇ ਔਰ ਮੈਂ ਇਹ ਰਿਕਵੈਸਟ ਕਰਦਾ ਕਿ ਹਜੇ ਉੱਥੇ ਬਹੁਤ ਨਾਜ਼ੁਕ ਹਾਲਤ ਨੇ ਜੇ ਕੋਈ 100 ਬੱਚਾ ਆ ਗਿਆ ਉਹਨੂੰ ਸੈਲੀਬ੍ਰੇਟ ਕਰੋ ਠੀਕ ਆ ਪਰ ਹਜੇ ਹਿਆਰਾਂ ਤੇ ਗਿਣਤੀ ਤੇ ਬੱਚੇ ਉੱਥੇ ਨੇ ਔਰ ਜੋ ਅੱਜ ਕਾਰਕਿਵ ਮੈਂ ਫੇਰ ਰਿਪੀਟ ਕਰਦਾ 400 ਬੱਚਾ ਐਸੋਲੇ ਉੱਥੇ ਟ੍ਰੇਨ ਸਟੇਸ਼ਨ ਦੇ ਉੱਤੇ ਸਟਕਿਆ ਜੇ ਉਹ ਟ੍ਰੇਨ ਚੜਨ ਲੈਂਦੇ ਲੱਗਦੇ ਆ ਉਹਨਾਂ ਦੇ ਟ੍ਰੇਨ ਤੇ ਨਹੀਂ ਚੜਨ ਦਿੱਤਾ ਜਾਂਦਾ ਜੇ ਉਹ ਫੋਨ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਕੁੱਟਿਆ ਜਾਂਦਾ ਤੁਸੀਂ ਇਹ ਸੋਚੋ ਉੱਥੇ ਹੈਵੀ ਉੱਥੇ ਬੌਮਬਿੰਗ ਹੋ ਰਹੀਆਂ ਔਰ ਉਹ ਹਾਲਾਤਾਂ 'ਚ ਉਹ ਬੱਚੇ ਲਿਟਰਲੀ ਆਰ ਸਟਕ ਐਂ ਕੋਈ ਵੀ ਉੱਥੇ ਕੁਝ ਨਹੀਂ ਕਰ ਰਿਹਾ ਨਾ ਜੁਖਾਲਤ ਨੇ ਔਰ ਅਸੀਂ ਪਲੀਜ਼ ਕੁਝ ਜ਼ਰੂਰ ਕਰੋ ਜੋ ਵੀ ਤੁਸੀਂ ਕਰ ਸਕਦੇ ਹੋ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਪ੍ਰੈਸ਼ਰ ਪਾ ਸਕਦੀਆਂ ਬਟ ਇਹੋ ਹੀ ਟਾਈਮ ਆ ਇਹ ਟਾਈਮ ਨਿਕਲਣਾ ਜਾਵੇ ਉਹ ਬੱਚਿਆਂ ਨੇ ਕਿੰਨੇ ਦਿਨ ਹੋ ਗਏ ਰੋਟੀ ਨਹੀਂ ਖਾਧੀ ਸੋ ਪਲੀਜ਼ ਮੈਂ ਰਿਕਵੈਸਟ ਕਰਦਾ ਸਰਕਾਰਾਂ ਨੂੰ ਕਿ ਉਹਨਾਂ ਦੇ ਉੱਪਰ ਪਲੀਜ਼ ਕੁਝ ਕਰੀਏ ਅ ਅਸੀਂ ਜਿੰਨੇ ਜੋਗ ਹੈਗੇ ਆ ਤੁਹਾਡੇ ਤੱਕ ਇਨਫੋਰਮੇਸ਼ਨ ਲੈ ਕੇ ਆ ਸਕਦੇ ਆ ਜਿਹੜੀ ਅਸੀਂ ਹੈਲਪ ਕਰਨਾ ਕਰ ਸਕਦੇ ਹਾਂ ਉਹ ਹੈਲਪ ਕਰ ਸਕਦੇ ਆ ਬਟ ਤੁਹਾਡੇ ਤੇ ਵੀ ਅਸੀਂ ਰਿਕਵੈਸਟ ਕਰਦੇ ਆ ਕਿ ਆਹ ਜਿਹੜੇ ਬੱਚੇ ਕਰਕੀਵ ਚ ਅਸਲੇ ਨਹੀਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰੋ ਉਹਨਾਂ ਨਾਲ ਅਸਲੇ ਰੇਸਿਜ਼ਮ ਹੋ ਰਿਹਾ ਦੂਜੀ ਗੱਲ ਇਹ ਜਿਹੜਾ ਅੱਜ ਬੱਚਾ ਦੀ ਤੁਸੀਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਡੈਥ ਹੋਈ ਆ ਇੱਥੇ ਯੂਕਰੇਨ ਦੇ ਵਿੱਚ ਉਹ ਅਮ ਇਸ ਉਮਰ ਦੇ ਵਿੱਚ ਉਹ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਸੀ ਸੋ ਮੋਸਟ ਲਾਈਕਲੀ ਉਹ ਜਿਹੜੇ ਹਾਲਤ ਹਾਲਤਾਂ ਚ ਉੱਥੇ ਰਹਿ ਰਹੇ ਹੋਣਗੇ ਉਹਦੇ ਕਰਕੇ ਉਹ ਚੀਜ਼ ਹੋਈ ਆ ਸਟ੍ਰਿਕਟ ਐਕਸ਼ਨ ਅਗੇਨ ਇਹੋ ਹੀ ਆ ਕਿ ਆਪਣੇ ਬੱਚਿਆਂ ਨੂੰ ਉੱਥੋਂ ਕੱਢੇ ਜਾਵੇ ਰਿਕਵੈਸਟ ਕੀਤਾ ਕਰਦਾ ਕਿ ਜਿਹੜੇ ਲੋਕ ਇਹ ਸੋਚਦੇ ਆ ਕਿ ਸਾਰੇ ਸਟੂਡੈਂਟਸ ਨਿਕਲ ਆਏ ਆ ਤੁਸੀਂ ਗਲਤ ਕਰ ਰਹੇ ਹੋ ਸੋਸ਼ਲ ਮੀਡੀਆ ਤੇ ਤੁਸੀਂ ਗਲਤ ਚੀਜ਼ਾਂ ਫਲਾ ਰਹੇ ਹੋ ਤੁਹਾਡੇ ਨੈਰੇਟਿਵ ਸੈੱਟ ਕਰਦੇ ਕਰਦੇ ਇਹ ਨਾ ਹੋਵੇ ਬੱਚੇ ਬੱਚਿਆਂ ਦੀ ਹੋਰ ਬੱਚੇ ਆਪਣੀਆਂ ਜਾਨਾਂ ਗਵਾ ਲੈਣ ਸੋ ਨੈਰੇਟਿਵ ਨਾ ਸੈੱਟ ਕਰੋ ਜੋ ਹੈ ਉਹਨੂੰ ਵਿਖਾਓ ਜੋ ਸੱਚਾ ਉਹ ਸੱਚਾ ਅੱਜ ਨਹੀਂ ਤੇ ਗੱਲ ਸੱਚ ਸਦਾ ਹੀ ਬਾਹਰ ਆਉਂਦਾ ਸੋ ਬੱਚਿਆਂ ਦੀਆਂ ਜਾਨਾਂ ਨੂੰ ਨਾਲ ਨਾ ਖੇਡੋ ਅਗੇਨ ਮੈਂ ਰਿਪੀਟ ਕਰਦਾ ਕਾਰਕੀਵ ਦੇ ਮੈਟਰੋ ਸਟੇਸ਼ਨ ਤੇ ਟ੍ਰੇਨ ਸਟੇਸ਼ਨ ਤੇ 400 ਤੋਂ ਵੱਧ ਬੱਚਾ ਸਟਕਿਆ ਉਹਨਾਂ ਨੂੰ ਕੋਈ ਟ੍ਰੇਨਾਂ ਤੇ ਨਹੀਂ ਚੜ੍ਹਾ ਦੇਂਦਿਆਂ ਰੋਟੀ ਪਾਣੀ ਤੋਂ ਬਿਨਾਂ ਬਹੁਤ ਹੀ ਨਾਜ਼ੁਕ ਹਾਲਤ ਨੇ ਇਹ ਵੀਡੀਓ ਪਲੀਜ਼ ਜਿਹੜੀ ਵੀ ਤੁਹਾਡੀ ਜਿੱਥੇ ਵੀ ਤੁਸੀਂ ਇਹ ਭੇਜ ਸਕਦੇ ਹੋ ਜੀ ਸਾਨੂੰ ਹੈਲਪ ਮਿਲ ਸਕੇ ਉਹਨਾਂ ਲਈ ਜਰੂਰ ਭੇਜਿਓ